जलंधर के सिविल अस्पताल में डिप्टी कमिश्नर वीरेंद्र कुमार शर्मा, पुलिस कमिश्नर प्रवीण कुमार सिन्हा नशा छुड़ाओ केंद्र में आज उन नौजवानों को प्रोत्साहित करने आए जो अपनी इच्छा से नशे को त्यागना चाहते हैं। एनकाउंटर न्यूज जलंधर से वरुण अग्रवाल की रिपोर्ट। जिहड़े कोई देखो डिजर्विंग केसिस ने असीं ऑलरेडी डॉक्टर साहब नूं इह गल कही हैगी आ, उस केस च असीं बहन करांगे। बाकी जिहड़ी अनाउंसमेंट होई है मेरी सैक्रेटरी साहब नाल वी गल होई है, फाइल अंडर प्रोसैस है, शाम तक जिहड़ियां हदायतां आ जाणगियां। गवर्नमेंट ने ऑलरेडी डिकलेयर करता हैगा, डीसीज नूं वी हदायतां ने कि इहनां दा फ्री इलाज कीता जावे किसी ना किसी पासिओं। असीं जिहड़े डिजर्विंग केसिस होणगे, मतलब इह है आपां हुण ब्लैंकेट ना करीए, आफ्टर ऑल इट इज ਤੁਸੀਂ ਇਹ ਸਮਝੋ ਜਿਹੜੇ ਕੇਸਾਂ ਚ ਕੋਈ ਨਹੀਂ ਦੇ ਪਾਊਗਾ ਵੀ ਆਰ ਦੇ ਵੀ ਹਾਂ। ਔਰ ਸਰ ਬੀਪੀਐਲ ਦਾ ਸੀ ਕੀ ਸਿਸਟਮ ਲੈ ਕੇ ਆ ਰਹੇ ਹੋ ਕਿ ਜਿਹੜੇ ਬੀਪੀਐਲ ਦੇ ਵਿੱਚ ਜਿਹੜੇ ਬੱਚੇ ਜਾਂ ਡਰੱਗਸ ਲੈ ਰਹੇ ਹੈ ਕਿ ਉਹਨਾਂ ਨੂੰ ਫ੍ਰੀ ਆਫ ਕਾਸਟ ਦਿੱਤੇ ਜਾਣਗੇ? ਆਫ ਕੋਰਸ ਉਹ ਸੀਐਮ ਸਾਹਿਬ ਪਹਿਲਾਂ ਹੀ ਅਨਾਊਂਸ ਕਰ ਚੁੱਕੇ ਨੇ ਔਰ ਹੈਲਥ ਮੰਤਰੀ ਸਾਹਿਬ। ਸਰ ਜਿਹੜੇ ਬੱਚੇ ਅਭੀ ਬੀਪੀਐਲ ਦੇ ਹੈ ਜਾਂ ਐਨੀ ਬੀਪੀਐਲ ਦੇ ਨਹੀਂ ਹੈਗੇ? ਆਫ ਕੋਰਸ ਜੇ ਉਹ ਨਹੀਂ ਦੇ ਪਾਣਗੇ ਤਾਂ ਵੀਲ ਪੇ ਫੋਰ ਹੀ ਸੀਗਾ। ਇਨਫੋਰਸਮੈਂਟ ਵਾਲਾ ਪਾਰਟ ਪਹਿਲਾਂ ਹੀ ਪੁਲਿਸ ਕਰ ਰਹੀ ਹੈ, ਸਾਲ ਡੇਢ ਸਾਲ ਤੋਂ ਜਿਵੇਂ ਤੁਹਾਨੂੰ ਦੱਸਿਆ ਜਦੋਂ ਡਰੱਗਸ ਦੀ ਸਪਲਾਈ ਸਕਵੀਜ਼ ਹੋਈ ਹੈ ਤਾਂ ਬਹੁਤ ਸਾਰੇ ਬੱਚੇ ਆਲਟਰਨੇਟਿਵ ਮੀਨਸ ਜਿਹੜੇ ਕਿ ਅਨਸੇਫ ਨੇ, ਕੋਈ ਇਸ ਤਰ੍ਹਾਂ ਦੀਆਂ ਡਰੱਗਸ ਜਿਹੜੀਆਂ ਕਿ ਇੰਟਰਵੀਨਸ ਨਹੀਂ ਲੱਗਣੀਆਂ ਚਾਹੀਦੀਆਂ, ਉਹਨਾਂ ਦੇ ਟੀਕੇ ਲਾਉਣ ਦੀ ਕੋਸ਼ਿਸ਼ ਕਰ ਰਹੇ ਹੈ ਜਾਂ ਇਸ ਤਰ੍ਹਾਂ ਦੀ ਸਬਸਟੈਂਸ ਲੈਣ ਦੀ ਕੋਸ਼ਿਸ਼ ਕਰ ਰਹੇ, ਉਹਦੇ ਕਰਕੇ ਪਿੱਛੇ ਜੇ ਮੋਰਟੈਲਿਟੀ ਦੀਆਂ ਕੁਝ ਘਟਨਾਵਾਂ ਆਈਆਂ ਨੇ। ਹੁਣ ਸਾਡੀ ਸਟ੍ਰੈਟੇਜੀ ਇਹ ਹੈ ਕਿ ਜਿਹੜੇ ਬੱਚੇ ਨਸ਼ਾ ਛੱਡਣਾ ਚਾਹੁੰਦੇ ਆ ਉਹਨਾਂ ਨੂੰ ਜਿਹੜਾ ਲੀਗਲ ਤਰੀਕੇ ਨਾਲ ਵਧੀਆ ਤਰੀਕੇ ਨਾਲ ਇਹਨਾਂ ਸੈਂਟਰਾਂ ਤੱਕ ਲਿਆ ਜਾਵੇ, ਵੱਧ ਤੋਂ ਵੱਧ ਇਨਫੋਰਮੇਸ਼ਨ ਡਿਸੈਮੀਨੇਸ਼ਨ ਕੀਤੀ ਜਾਵੇ। ਅੱਜ ਜਦੋਂ ਅਸੀਂ ਇੱਥੇ ਸਿੰਬੋਲਿਕਲੀ ਆਏ ਹੈਗੇ ਹਾਂ ਤਾਂ ਕੱਲ੍ਹ ਨੂੰ ਤੁਹਾਡੇ ਰਾਹੀਂ ਹੋਰ ਹਜ਼ਾਰਾਂ ਬੰਦਿਆਂ ਤੱਕ ਇਹ ਗੱਲ ਪਹੁੰਚੂਗੀ। ਸਾਡੇ ਤਿੰਨ ਤਰ੍ਹਾਂ ਦੇ ਸੈਂਟਰ ਕੰਮ ਕਰ ਰਹੇ ਆ, ਮਾਡਲ ਡੀ ਐਡਿਕਸ਼ਨ ਸੈਂਟਰ ਇੱਥੇ ਹੈਗਾ, ਉਸ ਤੋਂ ਇਲਾਵਾ OST ਹੈ ਜਿਹੜੇ, ਉਹ ਸੈਂਟਰ ਵੀ ਸਾਡੇ ਤਿੰਨ ਥਾਂ ਤੇ ਕੰਮ ਕਰ ਰਹੇ ਆ। ਓਟਸ ਸੈਂਟਰ ਜਿਹੜੇ ਸਾਡੇ ਹੈਗੇ ਆ ਜਿੱਥੇ ਦਿਨ ਦੇ ਦਿਨ ਆ ਕੇ ਬੰਦਾ ਦਵਾਈ ਲੈ ਕੇ ਆਪਦੇ ਕੰਮ ਤੇ ਵੀ ਜਾ ਸਕਦਾ ਹੈਗਾ, ਉਹ ਵੀ ਤਿੰਨ ਥਾਂ ਤੇ ਕੰਮ ਕਰ ਰਹੇ ਆ। ਔਰ ਇਸ ਤਰ੍ਹਾਂ ਕਰਕੇ ਅਸੀਂ ਅੱਜ ਜਿਹੜਾ ਇੱਥੇ ਹੈਗਾ ਕੁਝ ਨੌਜਵਾਨਾਂ ਨੂੰ ਲਿਆਉਣ ਦਾ ਇਹੀ ਮਕਸਦ ਸੀਗਾ ਕਿ ਇਹਨਾਂ ਨੂੰ ਦੇਖ ਕੇ ਬਾਕੀ ਦੇ ਨੌਜਵਾਨ ਤੇ ਬਾਕੀ ਦੇ ਪਰਿਵਾਰ ਵੀ ਪ੍ਰੇਰਿਤ ਹੋਣ। ਅਸੀਂ ਕਿਸੇ ਵੀ ਸੂਰਤ ਦੇ ਵਿੱਚ ਆਪਦੇ ਜਿਹੜੇ ਨੌਜਵਾਨ ਹੈਗੇ ਉਹਨਾਂ ਨੂੰ ਗਲਤ ਪਾਸੇ ਨਹੀਂ ਜਾਣ ਦੇਣਾ। ਸਰਕਾਰ ਦਾ ਇੱਕੋ ਮਕਸਦ ਹੈ, ਪੂਰੀ ਮਸ਼ੀਨਰੀ ਪੁਲਿਸ ਐਂਡ ਸਿਵਲ ਪ੍ਰਸ਼ਾਸਨ ਇਸ ਗੱਲ ਤੇ ਲੱਗਿਆ ਹੋਇਆ ਕਿ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਹੈ ਉਹਨਾਂ ਨੂੰ ਪ੍ਰੇਰ ਕੇ ਔਰ ਚੰਗੇ ਪਾਸੇ ਨੂੰ ਲਾਇਆ ਜਾਵੇ। ਨਸ਼ਾ ਛੱਡਣ ਤੋਂ ਬਾਅਦ ਉਹਨਾਂ ਨੂੰ ਕੋਈ ਮਤਲਬ ਕਿ ਇਸ ਪਾਸੇ ਨਾ ਦੁਬਾਰਾ ਆਉਣ, ਕੋਈ ਇੰਪਲੋਇਮੈਂਟ ਦਾ ਜਾਂ ਕਿਸ ਤਰੀਕੇ ਦਾ ਕੁਝ ਹੈਗਾ? ਕੋਈ ਇੱਕ ਲੌਂਗ ਪ੍ਰੋਸੈਸ ਹੈ, ਆਈ ਡੋਂਟ ਰਿਮੈਂਬਰ 49-50 ਦੇ ਆਸ ਪਾਸ 49A ਯਾ ਥੈਂਕ ਯੂ ਮਾਈ ਮੈਮਰੀ ਇਜ਼ ਨਾਟ ਟੂ ਬੈਡ ਦੈਟ ਵੀ 49A ਮੈਂ ਕਹਿ ਰਿਹਾ ਸੀ 49-50 ਵਿਚਕਾਰ ਨਿਕਲਿਆ 49 ਔਰ 50 ਦੇ 49A ਦੇ ਵਿੱਚ ਐਡਿਕਟਸ ਦੇ ਖਿਲਾਫ ਜਿਹੜਾ ਕੇਸ ਅਗਰ ਹੁੰਦਾ ਹੈ ਉਹਨੂੰ ਸਰਕਾਰ ਨੂੰ ਵਿਦਡਰਾਅਲ ਕਰਨ ਦਾ ਪ੍ਰੋਵਿਜ਼ਨ ਹੈ। ਦਿਸ ਇਜ਼ ਅ ਸਪੈਸ਼ਲ ਪ੍ਰੋਵਿਜ਼ਨ ਵਿਚ ਇਜ਼ ਨਾਟ ਫਾਊਂਡ ਇਨ ਅਦਰ ਐਕਟਸ, ਜਿਹਦੇ ਵਿੱਚ ਇੱਕੋ ਹੀ ਕੰਡੀਸ਼ਨ ਹੈ ਕਿ ਐਡਿਕਟ ਹੈਜ਼ ਟੂ ਗੈਟ ਹਿਮਸੈਲਫ ਡੀ ਐਡਿਕਟਿਡ ਫਰੋਮ ਅ ਗਵਰਨਮੈਂਟ ਅਪਰੂਵਡ ਇੰਸਟੀਟਿਊਸ਼ਨ। ਇੱਕ ਵਾਰ ਫੜਿਆ ਜਾਂਦਾ ਹੈ, ਬੇਸ਼ੱਕ ਡਰੱਗ ਦੇ ਨਾਲ ਫੜਿਆ ਜਾਵੇ ਜਾਂ ਨਸ਼ੇ ਦੇ ਹਾਲਤ 'ਚ ਫੜਿਆ ਜਾਵੇ, ਵਿਦਆਊਟ ਰਿਕਵਰੀ ਫੜਿਆ ਜਾਵੇ, ਸਮਾਲ ਕੁਆਂਟਿਟੀ ਦੇ ਨਾਲ ਫੜਿਆ ਜਾਵੇ, ਉਹ ਆਪ ਅਗਰ ਐਡਿਕਟ ਹੈ ਐਂਡ ਇਫ ਹੀ ਇਜ਼ ਰੈਡੀ ਟੂ ਗੈਟ ਡੀ ਐਡਿਕਟਿਡ ਆਫਟਰ ਹੀ ਹੈਜ਼ ਬੀਨ ਸਕਸੈਸਫੁਲੀ ਡੀ ਐਡਿਕਟਿਡ, ਦ ਪ੍ਰੋਸੀਕਿਊਸ਼ਨ ਕੈਨ ਬੀ ਵਿਦਡਰਾਅਲ ਬਾਈ ਦ ਅਪਰੂਵਲ ਆਫ ਦ ਗਵਰਨਮੈਂਟ ਐਜ਼ ਪਰ ਐਨਟੀਪੀਐਸ ਐਕਟ।